ਕ੍ਰਿਕਟ ਦੀ ਦੁਨੀਆ ਦਾ ਗੱਬਰ, ਖੇਡ ਜਗਤ ਦਾ ਦਬੰਗ ਖਿਡਾਰੀ। ਕ੍ਰਿਕਟ ਕਰੀਅਰ ਦੇ ਇਲਾਵਾ ਸ਼ਿਖਰ ਧਵਨ ਦੀ ਨਿੱਜੀ ਲਾਈਫ ਵੀ ਘੱਟ ਦਿਲਚਸਪ ਨਹੀਂ ਹੈ। 5 ਸਾਲ ਪਹਿਲਾਂ ਧਵਨ ਨੂੰ ਆਪਣੇ ਆਪ ਤੋਂ 10 ਸਾਲ ਵੱਡੀ ਅਤੇ 2 ਬੱਚਿਆਂ ਦੀ ਮਾਂ ਆਇਸ਼ਾ ਮੁਖਰਜੀ ਦੇ ਨਾਲ ਪਿਆਰ ਹੋ ਗਿਆ ਸੀ ਅਤੇ ਫਿਰ ਉਹਨਾਂ ਨੇ ਆਇਸ਼ਾ ਨੂੰ ਆਪਣਾ ਹਮਸਫ਼ਰ ਵੀ ਬਣਾ ਲਿਆ। ਇਹ ਪਿਆਰ ਉਹਨਾਂ ਨੂੰ ਉਦੋਂ ਹੋਇਆ ਜਦੋਂ ਸ਼ਿਖਰ ਧਵਨ ਅਤੇ ਹਰਭਜਨ ਸਿੰਘ ਇਕੱਠੇ ਫੇਸਬੁੱਕ ਚਲਾ ਰਹੇ ਸਨ। ਉਦੋਂ ਭੱਜੀ ਨੇ ਆਪਣੀ ਇਸ ਫਰੈਂਡ ਦੇ ਬਾਰੇ ਵਿੱਚ ਸ਼ਿਖਰ ਧਵਨ ਨੂੰ ਦੱਸਿਆ। ਫੇਸਬੁੱਕ ਉੱਤੇ ਤਸਵੀਰ ਦੇਖ ਕੇ ਦੀਵਾਨੇ ਹੋਏ ਸ਼ਿਖਰ ਨੇ ਆਇਸ਼ਾ ਨਾਲ ਫੇਸਬੁੱਕ ਉੱਤੇ ਦੋਸਤੀ ਕਰਨ ਦਾ ਫੈਸਲਾ ਕੀਤਾ। ਉਹਨਾਂ ਨੂੰ ਲੱਗਿਆ ਕਿ ਇੱਕ ਆਸਟ੍ਰੇਲੀਅਨ ਬਾਕਸਰ ਕਿਉਂ ਉਹਨਾਂ ਦੀ ਰਿਕੁਐਸਟ ਸਵੀਕਾਰ ਕਰੇਗੀ। ਕਾਫੀ ਜੱਦੋਜਹਿਦ ਦੇ ਬਾਅਦ ਉਹਨਾਂ ਨੇ ਸੋਚ ਕੇ ਫਰੈਂਡ ਰਿਕੁਐਸਟ ਭੇਜ ਦਿੱਤੀ ਕਿ ਹੁਣ ਜੋ ਹੋਵੇਗਾ ਦੇਖਿਆ ਜਾਵੇਗਾ। ਉੱਥੇ ਆਇਸ਼ਾ ਨੇ ਸ਼ਿਖਰ ਦੀ ਫਰੈਂਡ ਰਿਕੁਐਸਟ ਆਉਂਦੇ ਹੀ ਸਵੀਕਾਰ ਕਰ ਲਈ। ਧਵਨ ਨੇ ਆਇਸ਼ਾ ਨਾਲ ਫੇਸਬੁੱਕ ਉੱਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀ ਦੋਸਤੀ ਡੂੰਘੀ ਹੁੰਦੀ ਗਈ। ਇਹ ਦੋਸਤੀ ਹੌਲੀ ਹੌਲੀ ਪਿਆਰ ਵਿੱਚ ਬਦਲ ਗਈ। ਆਸਟ੍ਰੇਲੀਆ ਵਿੱਚ ਜੰਮੀ ਆਇਸ਼ਾ ਦੀ ਮਾਂ ਇੰਗਲਿਸ਼ ਹੈ ਜਦੋਂ ਕਿ ਪਿਤਾ ਬੰਗਾਲੀ। ਉਹ ਆਸਟ੍ਰੇਲੀਆ ਵਿੱਚ ਬਾਕਸਰ ਰਹਿ ਚੁੱਕੀ ਹੈ। ਆਇਸ਼ਾ ਦੀ ਉਮਰ ਸ਼ਿਖਰ ਤੋਂ ਵੱਡੀ ਹੋਣਾ ਅਤੇ ਉਹਨਾਂ ਦੀਆਂ 2 ਬੇਟੀਆਂ ਹੋਣਾ ਸ਼ਿਖਰ ਦੇ ਪਰਿਵਾਰ ਨੂੰ ਰੜਕ ਰਿਹਾ ਸੀ, ਪਰ ਬਾਅਦ ਵਿੱਚ ਇਹਨਾਂ ਦੋਵਾਂ ਪ੍ਰੇਮੀਆਂ ਦੀ ਜਿੱਤ ਹੋਈ ਤੇ ਘਰ ਦੇ ਮੈਂਬਰਾਂ ਨੂੰ ਮੰਨਣਾ ਹੀ ਪਿਆ। 30 ਅਕਤੂਬਰ 2012 ਨੂੰ ਦੋਵੇਂ ਵਿਆਹ ਬੰਦਰ ਵਿੱਚ ਬੱਜ ਗਏ। ਸ਼ਿਖਰ ਅਤੇ ਆਇਸ਼ਾ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਜ਼ੋਰਾਵਰ ਹੈ।